ਨਾਮ ਜਿਹੜੇ ਦਾ ਕਿਉਂ ਇਹ ਪ੍ਰੋਟੈਸਟ ਕਰ ਰਹੇ ਹੋ, ਕਾਲੀ ਪੱਟੀਆਂ ਬੰਨ ਕੇ ਕੀ ਸਿੰਬਲਾਈਜ਼ ਕੀ ਕਰ ਰਹੇ ਹੋ? ਦੇਖੋ, ਅੱਜ ਇਹ ਤੀਜਾ ਸੈਸ਼ਨ ਹੋ ਗਿਆ ਕਿ ਵਿਧਾਨਕਾਰਾਂ ਨੂੰ, ਆਪੋਜੀਸ਼ਨ ਦੇ ਮੈਂਬਰਾਂ ਨੂੰ ਲੋਕਾਂ ਨਾਲ ਜੁੜੇ ਹੋਏ ਮੁੱਦੇ ਉਠਾਉਣ ਤੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਚਾਹੇ ਇਹ ਉਹ ਦਿਨ ਸਾਨੂੰ ਯਾਦ ਕਰਾ ਰਹੀ ਹੈ ਜਦੋਂ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਈ ਜਾਂਦੀ ਸੀ, ਕਿਵੇਂ ਲੋਕਾਂ ਦੇ ਅਧਿਕਾਰ ਖੋਏ ਜਾਂਦੇ ਸੀ। ਸਾਰੇ ਚੁਣੇ ਹੋਏ ਨੁਮਾਇੰਦੇ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ, ਚਾਹੇ ਉਹ ਵਧੇ ਬਿਜਲੀ ਦੇ ਰੇਟ ਨੇ, ਚਾਹੇ ਉਹ SC ਸਕਾਲਰਸ਼ਿਪ ਦੇ ਨੇ, ਚਾਹੇ ਉਹ ਮੁਲਾਜ਼ਮ ਵਰਗ ਦੇ ਨੇ, ਚਾਹੇ ਉਹ ਘਰ ਘਰ ਨੌਕਰੀ ਦੇ ਨੇ, ਚਾਹੇ ਉਹ ਕਿਸਾਨ ਖੁਦਕੁਸ਼ੀ ਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੇ ਨੇ, ਮੁਲਾਜ਼ਮਾਂ ਦੇ ਭੱਤੇ ਦੇ ਨੇ, ਟੀਚਰਾਂ ਦੇ ਮਾਰਕੁੱਟ ਦੇ ਨੇ, ਹਰ ਵਰਗ ਦੀ ਗੱਲ ਅਸੀਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਤੀਜਾ ਸੈਸ਼ਨ ਹੋ ਗਿਆ ਕਿ ਇਹ ਰੂਲ ਪੇਸ਼ ਕਰ ਦਿੰਦਾ ਜਾਂਦਾ ਕਿ ਇਕੱਲੀ ਸਰਕਾਰ ਦੀ ਗੱਲ ਰੱਖੀ ਜਾਊਗੀ, ਆਪੋਜੀਸ਼ਨ ਗੱਲ ਨਹੀਂ ਕਰ ਸਕਦਾ, ਆਪੋਜੀਸ਼ਨ ਸਵਾਲ ਨਹੀਂ ਉਠਾ ਸਕਦਾ, ਆਪੋਜੀਸ਼ਨ ਕਾਲ ਅਟੈਂਸ਼ਨ ਮੋਸ਼ਨ ਨਹੀਂ ਲਿਆ ਸਕਦਾ, ਆਪੋਜੀਸ਼ਨ ਅਡਜਰਮੈਂਟ ਧਿਆਨ ਦਵਾਓ ਮੋਸ਼ਨ ਨਹੀਂ ਲਿਆ ਸਕਦਾ। ਇਸ ਹਾਲਾਤ 'ਚ ਤੁਸੀਂ ਸੁਭਾਵਿਕ ਹੈ ਕਿ ਤੁਸੀਂ ਕਰੋੜ ਕਰੋੜ ਰੁਪਈਆ ਇੱਕ ਦਿਨ ਦਾ ਖਰਚ ਕਰਦੇ ਹਾਂ, ਔਰ ਇੱਕ ਕਰੋੜ ਖਰਚ ਕਰਕੇ ਜੇ ਅਸੀਂ ਸਵਾਲ ਨਹੀਂ ਉਠਾ ਸਕਦੇ, ਗੱਲ ਨਹੀਂ ਕਰ ਸਕਦੇ, ਫਿਰ ਅਸੀਂ ਮਨ ਬਣਾਇਆ ਇਸ ਕਾਂਗਰਸ ਦੀ ਐਮਰਜੈਂਸੀ ਦੇ ਖਿਲਾਫ ਅਸੀਂ ਸਾਇਲੈਂਟ ਪ੍ਰੋਟੈਸਟ, ਆਪਣੀ ਕਾਲੀਆਂ ਪੱਟੀਆਂ ਬਣ ਕੇ ਪ੍ਰੋਟੈਸਟ ਕਰ ਰਹੇ ਹਾਂ। ਕਾਂਗਰਸ ਹੈ ਜੀ, ਉਹ ਤਾਂ ਨਾਲ ਲੜੇ ਆ, ਉਹ ਕਾਹਦਾ ਪ੍ਰੋਟੈਸਟ ਕਰ ਰਹੇ ਹੋ ਦੱਸ ਸਕਦੇ ਆ? ਉਹਦਾ ਤਾਂ ਉਹਨਾਂ ਨਾਲ ਤਾਂ ਰਲ ਮਿਲ ਕੇ ਹੀ ਸਾਰੇ ਸਵਾਲ ਸਾਰੇ ਫੈਸਲੇ ਹੁੰਦੇ ਆ। ਅੱਧੀ ਆਪ ਤਾਂ ਕਾਂਗਰਸ ਨਾਲ ਰਲੀ ਅੰਦਰ ਬੈਠੀ ਵੀ ਹੈ, ਅੱਧੇ ਇਹਨਾਂ ਨਾਲ ਬੈਠ ਸਹਿਮਤ ਨੇ, ਸੰਵਿਧਾਨ 'ਤੇ ਤਾਂ ਠੱਗੀ ਮਾਰ ਰਹੇ ਰਲ ਕੇ, ਤੋਂ ਇਹਨਾਂ ਦੀ ਕੀ ਗੱਲ?